ਮੀਤ ਹਾਂਜੀ ਉਹ ਤਾਂ ਬਾਹਲਾ ਟਾਈਮ ਲੱਗ ਜਾਂਦੀ ਆ ਤੇ ਨਾਲੇ ਰੋਟੀ ਖਾ ਲੈਂਦੀ ਦੋ ਗੁਰਕੀਆਂ ਤੋਂ ਆ ਮੈਂ ਖਾ ਲੈਂਦੀ ਹਾਂ ਕੋਈ ਨਹੀਂ ਹਾਂ ਤੇ ਨਾਲੇ ਮੈਂ ਤੈਨੂੰ ਐਂ ਕਹਿੰਦੀ ਹਾਂ ਧੀ ਬਣ ਕੇ ਮਾੜਾ ਜਿਹਾ ਧਿਆਨ ਨਾਲ ਜਾਇਆ ਕਰ ਲੈ ਮੰਮੀ ਤੁਸੀਂ ਤਾਂ ਐਂ ਫਿਕਰ ਕਰਦੇ ਰਹਿੰਦੇ ਹੋ ਮੈਂ ਕਿਹੜੇ ਇਕੱਲੀ ਜਾਂਦੀ ਹਾਂ ਮੇਰੇ ਨਾਲ ਹੋਰ ਵੀ ਸਹੇਲੀਆਂ ਹੁੰਦੀਆਂ ਨੇ ਵੀ ਤੁਹਾਨੂੰ ਭਰੋਸਾ ਨਹੀਂ ਮੇਰੇ ਤੇ ਪੁੱਤ ਭਰੋਸਾ ਤਾਂ ਹੈਗਾ ਮੈਨੂੰ ਤੇਰੇ ਤੇ ਮੇਰੀ ਧੀ ਤੇ ਮੈਨੂੰ ਰੱਬ ਜਿੰਨਾ ਮਾਣ ਹੈ ਪਰ ਦੂਜੀ ਗੱਲ ਅੱਜ ਕੱਲ੍ਹ ਵਕਤ ਮਾੜਿਆ ਪੁੱਤ ਮੈਂ ਵਕਤ ਤੋਂ ਡਰਦੀ ਹਾਂ ਲੈ ਮੰਮੀ ਤੁਸੀਂ ਤਾਂ ਉਵੇਂ ਡਰਦੇ ਰਹਿੰਦੇ ਹੋ ਉਹ ਪੁੱਤ ਡਰਦਾ ਹੁੰਦਾ ਹੀ ਹੈ ਤੇ ਨਾਲੇ ਦੂਜੀ ਗੱਲ ਆ ਤੂੰ ਪਾਲੇ ਮਰ ਜਾਏਗੀ ਠੰਡ ਲਵਾ ਲੇਗੀ ਤੇਰਾ ਸ਼ੌਂਕ ਸ਼ੌਂਕ ਹੀ ਪੱਲੇ ਰਹਿ ਜੂਗਾ ਤੂੰ ਕੋਟੀ ਪਾਵ ਨਹੀਂ ਚੱਲ ਕੇ ਮੰਮੀ ਮੇਰੀ ਤਾਂ ਕੋਟੀ ਨਾ ਸਹੇਲੀ ਕੋਲ ਰਹਿ ਗਈ ਕੱਲ ਅੱਜ ਲੈ ਆਊਗੀ ਉਹ ਹੋਰ ਸਹੇਲੀ ਨੂੰ ਕੋਟੀ ਫੜਾਤੀ ਆਪ ਤੂੰ ਪਾਲੇ ਮਰ ਜਾ ਲੈ ਚੱਲ ਤੋ ਬੁਰਕੇ ਰੋਟੀ ਦੇ ਖਾ ਕੇ ਚੱਲ ਮੇਰੀ ਧੀ ਅੱਛਾ ਬਾਗੇ ਗਏ ਤੁਸੀਂ ਹਾਂ ਹਾਂ ਉਹ ਮੈਂ ਘਰੇ ਗਿਆ ਸੀ ਯਾਰ ਉਹ ਮੇਰਾ ਤਾਂ ਮੋਟਰਸਾਈਕਲ ਪੈਂਚਰ ਹੋ ਗਿਆ ਹੁਣ ਤਾਂ ਤੁਰਿਆ ਆਉਣਾ ਉਹ ਨਾ ਨਾ ਆ ਤਾਂ ਮੈਂ ਆਪ ਹੀ ਜਾਊਂਗਾ ਯਾਰ ਹਾਂ ਦੁੱਧ ਪਿਆ ਬਾਈ ਇੱਥੇ ਚਾਹ ਬਣਾ ਲਓ ਸਟੋਵ ਵੀ ਪਿਆ ਗਾ ਠੀਕ ਹੈ ਨਾਲੇ ਤਾਂ ਮੈਂ ਰੋਟੀ ਬਣਾ ਲਿਆ ਨਾਲੇ ਉਹਨੂੰ ਉਹ ਪੈਂਚਰ ਲਾ ਦੂਗਾ ਹਾਂ ਹਾਂ ਮੈਨੂੰ 20-25 ਮਿੰਟ ਲੱਗਣਗੇ ਬੋਰ ਹਾਂ 2 ਬੋਰੀਆਂ ਧਰ ਲਿਓ ਯੂਰੀ ਦੀਆਂ ਠੀਕ ਹੈ ਚੰਗਾ ਆਹੋ ਆਪ ਹੀ ਆ ਜਾਊਂ ਚਾਹ ਚੂਹ ਬਣਾ ਕੇ ਪੀ ਲਓ ਮੈਂ ਬਸ ਆ ਗਿਆ 20-25 ਮਿੰਟਾਂ ਤੱਕ ਠੀਕ ਹੈ ਚੰਗਾ ਓਕੇ ਲੈ ਬਗ ਜਾ ਪੁੱਤ ਧਿਆਨ ਨਾਲ ਜਾਈ ਚੰਗਾ ਲੈ ਲਵਲੀ ਵੀ ਆ ਗਿਆ ਹੁਣ ਤਾਂ ਤੈਨੂੰ ਇਹੀ ਛੱਡਿਆ ਹੋਊਗਾ ਜਾ ਮੈਂ ਤਾਂ ਖੇਤ ਜਾਣਾਗਾ ਯੂਰੀਆ ਲੈ ਕੇ ਜਾਨੀਆਂ ਗੁੜੀਏ ਤੋਂ ਨਾ ਮੈਂ ਤਾਂ ਚਲ ਜਾਨੀ ਆ ਕੋਈ ਨਾ ਮੇਰੀ ਬੱਸ ਦਾ ਟਾਈਮ ਹੋਈ ਜਾਂਦਾ ਠੀਕ ਹੈ ਨਾਲੇ ਰਾਰੂ ਚ ਖੜਿਆ ਨਾ ਕਰਕੇ ਤੇ ਠੀਕ ਆ ਨਾ ਖੜਦੀ ਤਾਂ ਕਿੱਥੇ ਆ ਮੈਂ ਆਹੋ ਨਾਲੇ ਜਦੋਂ ਆਉਂਦੀ ਹੋਊਗੀ ਉਧਰੋਂ ਮੈਨੂੰ ਫੋਨ ਕਰ ਦੇਜਾਂਗਾ ਮੈਂ ਲੈ ਆਉਂ ਅੱਡੇ ਤੋਂ ਠੀਕ ਹੈ ਵੀਰੇ ਮੈਂ ਤਾਂ ਐਸੀ ਪੁੱਤ ਜੇ ਛੱਡਿਆ ਨਾ ਚੰਗੀ ਗੱਲ ਸੀਗੀ ਦੀ ਬੱਸ ਨਾ ਲੰਘ ਜੇ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਮੈਂ ਤੁਰ ਕੇ ਆ ਵੀ ਲੈ ਕਾਨੂੰ ਕੋਈ ਨਾ ਠੀਕ ਹੈ ਚੰਗਾ ਗੁੜੀਆ ਵਗ ਜਾ ਬਸ ਅਸੀਂ ਧਿਆਨ ਨਾਲ ਜਾਈ ਠੀਕ ਹੈ ਠੀਕ ਤੈਨੂੰ ਬਾਰੀ-ਬਾਰੀ ਸਮਝਾਉਨੇ ਚੰਗਾ ਰੋਟੀ ਖਾ ਲੈ ਚੱਲ ਕੇ ਬਣ ਗਈ ਹਾਂ ਬਣੀ ਪਈ ਖੇਤ ਲੱਗ ਰਹੇ ਨੇ ਯੂਰੀਆ ਬਣਾ ਰੋਟੀ ਜਾਣਾ ਆ ਜਾ ਰੋਟੀ ਲੈ ਕੇ ਨੀ ਆਇਆ ਬੌਲਾ ਹਲੇ ਹਜੇ ਆਇਆ ਨੀ ਰੋਟੀ ਤਾਂ ਮੈਂ ਲਿਆ ਮੈਨੂੰ ਦੱਸ ਦਾਂ ਉਹ ਫਿਰ ਪਹਿਲਾਂ ਪਤਾ ਨੀ ਸੀ ਨਾ ਅੱਛਾ ਹਾਂ ਇਹ ਗੰਡਿਆਂ ਦੀ ਕਰ ਰਹੇ ਤਿਆਰੀ ਹਾਂਜੀ ਹਾਂ ਗੰਡੇ ਲਾ ਰਿਹਾ ਜੀ ਚਲੋ ਵਧੀਆ ਹੁਣ ਭਾਈ ਦੇ ਮੈਂ ਤਾਂ ਤੇਰੇ ਮਗੂ ਸਬਜ਼ੀ ਕਦੇ ਮੁੱਕਣ ਨਹੀਂ ਦਿੱਤੀ ਸੀ ਵਧੀਆ ਫਿਰ ਮਿਹਨਤ ਤਾਂ ਕਰਦਾ ਰਹਿੰਦਾ ਬੰਦਾ ਹੁਣ ਭਾਈ ਉਹ ਜਵਾਕ ਜੇ ਆਖੇ ਨਹੀਂ ਲੱਗਦਾ ਆਪਣਾ ਫਿਰ ਇਹੀ ਸਵਾਲ ਆਉਂਦਾ ਰਾ ਆਪਾਂ ਤਾਂ ਫਿਰ ਖੇਤ ਹੱਥ ਪੱਲਾ ਮਾਰੀ ਜਾਂਦੇ ਆ ਫਿਰ ਤੈਨੂੰ ਪਤਾ ਹੁਣ ਹੱਥ ਲਾਉਂਦੇ ਨੀ ਤਾਂ ਮੋਬਾਈਲਾਂ ਨੇ ਪੱਟ ਤੇ ਹੈਂਜੀ ਉਹ ਮੋਬਾਈਲਾਂ ਨੇ ਪੱਟ ਤੇ ਜਵਾਕ ਦੇ ਹਾਂ 12 ਵੱਜ ਗਏ ਹਜੇ ਤੱਕ ਰੋਟੀ ਨਹੀਂ ਆਈ ਦਿਹਾੜੀ ਮੈਨੂੰ ਫਿਰ ਭੱਜ ਭੱਜ ਜਾਂਦੇ ਨੇ ਉੱਥੇ ਕਿ ਥੋਲੇ ਤੀ ਬਹੁਤ ਬੜਾ ਇਹ ਚੱਠੇ ਕਿਹੜੇ ਲਿਆਂਦੇ ਜੀ ਕੀ ਰੇਟ ਰੇਟ ਤਾਂ ਉੱਥੇ ਬਿਸਮਿਲ ਹਿਸਾਬ ਤੇ ਦਿੰਦੇ ਨੇ ਜੀ ਚਲੋ ਚੱਲ ਘਰ ਜੋਗਰੇ ਹੋ ਜਾਣਗੇ ਹਾਂ ਜੀ ਹਾਂ ਫਿਰ ਕੋਈ ਕੱਲ ਲਾ ਕੇ ਦੀ ਕੋਈ ਸੱਜ ਲਾ ਦੇ ਹਾਂ ਨਾ ਠੰਡ ਨਹੀਂ ਲੱਗਦੀ ਚੱਲ ਬਾ ਅਥਰੇ ਇੱਕ 2 ਕੁ ਫੁੱਲ ਲੈ ਕੇ ਜਾਉ ਗੋਭੀ ਦੇ ਦਾਲ ਵਾਸਤੇ ਨਹੀਂ 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 ਜਦੋਂ ਮਰਜ਼ੀ ਓਏ ਹੋਰ ਉਹਦਾ ਜਵਾਕ ਜਾ ਕਿਹੜੀ ਲੈ ਕੇ ਤੂੰ ਦਾਲ ਉਹ ਹਾਂ ਠੀਕ ਆ ਜੀ ਹਾਂ ਚੰਗਾ ਚੰਗਾ ਜੀ ਆਪ ਜਾਣ ਕੇ ਨੀ ਕੱਢੀ ਹੋ ਬਾਰੇ ਮੈਂ ਧੁੰਦ ਦਾ ਕੰਮ ਆ ਮੈਂ ਕੱਲੀ ਜਾ ਆਉਣਾ ਚਲੋ ਚਲੋ ਦੀਨਾ ਨੀ ਕੋਈ ਕਿੱਧਰ ਵਾ ਗਏ ਉਹ ਖੇਤ ਵਾ ਗਏ ਰੇ ਪਾਈ ਜਾਂਦੇ ਬਸ ਐਵੇਂ ਮਿੱਟੀ ਨਾ ਮਿੱਟੀ ਲਿਆਉਣੀ ਮੈਂ ਕੁਰਸੀ ਖੜ ਜਾ ਲਿਆਓ
ਰਿਸ਼ਤੇਦਾਰ ਦਿਸ ਨਹੀਂ ਰਿਹਾ ਕੋਈ, ਕਿੱਧਰ ਵਾ ਗਏ? ਉਹ ਖੇਤ ਗਏ ਨੇ। ਅੱਛਾ, ਕਿਚਨ ਆ ਗਿਆ? ਹਾਂ ਕਿਚਨ ਆ ਗਿਆ, ਲੈ ਬਹਿ ਜਾ। ਸਫਾਈ ਵੀ ਉਨੀ ਹੈ ਨਹੀਂ ਕਰਦੀ ਉਸ ਹਿਸਾਬ ਨਾਲ। ਸਾਡੇ ਜਾ ਕੇ ਦੇਖੋ ਪਾਰਕ, ਪਾਰਕ ਦੇਖੋ। ਹੁਣ ਸਾਡਾ ਕੰਮ ਕੁਛ ਹੋਰ ਹੈ, ਤੂੰ ਤਾਂ ਹੁਣ ਡਿਊਟੀ ਵਾਲਾ ਗਾ ਭਾਈ, ਤੂੰ ਤਾਂ ਉਹੀ ਗੱਲਾਂ ਕਰਦਾ। ਅਸੀਂ ਪਿੰਡੂ ਵਿਚਾਰੇ। ਓਹੋ, ਮੈਂ ਵੀ ਪਿੰਡੂ ਹੀ ਆ, ਮੈਂ ਕੀ ਦੱਸ ਬੰਬੇ ਚ ਰਹਿਣਾ। ਬੰਬੇ ਚ ਤਾਂ ਨਹੀਂ ਰਹਿੰਦਾ, ਪਿੰਡੂ ਤਾਂ ਕਹਿੰਦੇ ਪਿੰਡੂ ਹੀ ਹੁੰਦਾ, ਤੇਰੇ ਤਾਂ ਡੈਸ ਹੀ ਸ਼ਹਿਰਾਂ ਵਾਲਿਆਂ ਵਰਗੀ ਹੋਈ ਪਈ ਆ। ਡੈਸ ਦੀ ਗੱਲ ਨਹੀਂ ਹੁੰਦੀ, ਗੱਲ ਸ਼ਹਿਰੀ ਤੇ ਪਿੰਡੂ ਦੀ ਨਹੀਂ ਹੁੰਦੀ, ਗੱਲ ਹੁੰਦੀ ਆ ਸਲੀਕੇ ਦੀ। ਬੰਦੇ ਨੂੰ ਰਹਿਣਾ ਸਹਿਣਾ ਆਉਂਦਾ ਚਾਹੀਦਾ। ਸਾਲ ਭਰ ਵੇਲੇ ਰਹਿਣ ਵਾਲੀ ਗੱਲ ਨੀ ਹੁੰਦੀ, ਐ ਨੀ ਹੁੰਦਾ ਫਸਲ ਬੀਜ ਲਈ 6 ਮਹੀਨੇ ਉਹਨੂੰ ਉਡੀਕੀ ਜਾਓ। ਉਹਨਾਂ ਟਾਈਮ ਬੰਦਾ ਬੰਦਾ ਕੀ ਕਰੇ, ਇਨਵੈਸਟਮੈਂਟ ਕਰੇ, ਕੋਈ ਬਿਜ਼ਨਸ ਕਰੇ। ਤੇਰੇ ਭਾਅ ਦਾ ਵੇਲਾ ਮੈਂ ਠੇਕੇ ਤੇ ਕਿਸੇ ਗੱਲ ਨੀ ਦਿੱਤੀ ਆ, ਹੋਰ ਕੀ ਕਰੀਏ, ਕੋਈ ਕੰਮ ਕਰੋ ਨਾਲ, ਜ਼ਰੂਰੀ ਤਾਂ ਨੀ ਖੇਤੀ ਦੀ ਖੜਾ ਰਹਿਣਾ। ਹੋਰ ਦੱਸ ਅਸੀਂ ਕੀ ਕੰਮ ਛੇੜੀਏ, ਸਾਨੂੰ ਤਾਂ ਭਾਈ ਖੇਤੀ ਦੀ ਆਸ ਹੈਗੀ। ਚੱਲ ਛੱਡ, ਬਾਅਦ ਫਸਲ ਆ ਜਾਂਦੀ। ਛੱਡ ਛੱਡ, ਤੁਹਾਡੇ ਕਿਹੜਾ ਖਾਣੇ ਪੈਣੀ ਹੈ ਨਾ, ਮੈਂ ਤਾਂ ਸਮਝਾਇਆ ਜਾਣਾ ਤੁਹਾਨੂੰ ਹੁਣ ਪੜ੍ਹਾ ਨੂੰ। ਬੇਟੀ ਕਿੱਥੇ? ਉਹ ਸਕੂਲ ਗਈ ਹੋਈ ਆ। ਸਕੂਲ ਵਾ ਗਈ? ਹਾਂ ਹਾਂ। ਕਿੰਨਾ ਪੜ੍ਹ ਲਈ ਉਹ? ਪੜ੍ਹ ਲਈ, ਉਹ ਬੀਏ ਕਰੀ ਜਾਂਦੀ ਆ ਕੁੜੀ। ਬੀਏ ਕਰਦੀ ਆ? ਹਾਂ ਹਾਂ। ਕੋਈ ਵਧੀਆ ਕੋਰਸ ਚਾਹੁੰਦੀ ਉਹ? ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਵੀ ਪ੍ਰੈਫਰ ਕਰਿਆ ਸੀ ਤੁਹਾਨੂੰ ਮੈਂ ਵੀ ਸਪੋਰਟਸ 'ਚ ਪਾਓ ਬੱਚੀ ਨੂੰ। ਸਪੋਰਟਸ 'ਚ ਪਾਈ ਆ ਤੁਸੀਂ ਬੱਚੀ? ਆਪਣੀ ਬੱਚੀ ਦੇਖ ਲਾ, ਅਮਰੀਕਾ 'ਚ ਭੱਜ ਕੇ ਡਾਂਗ ਸਿੱਟਦੀ ਆ। ਸੁਣਿਆ ਕਦੇ ਖੇਡ? ਮੈਂ ਤਾਂ ਇੱਥੋਂ ਪਹਿਲੀ ਵਾਰੀ ਸੁਣੀ ਆ। ਹਾਡਲ ਉਹ ਕਰਦੀ ਆ ਆਪਣੀ, ਕੀ ਕਹਿੰਦੇ ਹੁੰਦੇ ਨੇ, ਜੈਵਲ ਥਰੋ। ਅੱਛਾ ਜੀ। ਹਾਂ, ਫਿਰ ਤੂੰ ਪੜਿਆ ਲਿਖਿਆ ਸੀ ਨਾ, ਬਹੁਤ 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 ਅੱਛੀ ਗੇਮ ਆ ਨਾਲੇ ਫਿਟਨੈਸ ਉਹਦੀ। ਲੈ ਦੇਖ ਲੈ। ਦੇਖਿਆ ਤੁਸੀਂ ਬੱਚੀ? ਆਏ ਤਾਂ ਮੈਨੂੰ ਬੜਾ ਫੋਨ ਕਰਦੀ ਉਹ। ਹੁਣ ਤਾਂ ਮੈਨੂੰ ਘੱਟ ਵੱਧ ਕਰਦੀ ਆ। ਚੱਲ ਸੁਣ ਤਾਂ ਮੈਂ ਮੜਾ ਮਟਾ ਲੈਣੀ ਆ, ਮੇਰੀ ਭੈਣ ਸਾਰਾ ਕੁਝ ਦੱਸ ਦਿੰਦੀ ਆ ਮੈਨੂੰ। ਤੇ ਤੂੰ ਦੱਸ ਫਿਰ ਅੱਜ ਕਿਵੇਂ ਗੇੜਾ ਮਾਰਿਆ? ਮੈਂ ਗੇੜਾ ਮਾਰ ਲਿਆ, ਮੈਂ 10 ਦਿਨਾਂ ਦੀ ਸਰਦੀ ਕਰਕੇ ਛੁੱਟੀਆਂ ਲੈ ਲਈਆਂ। ਮੈਂ ਚੱਲ ਰਿਸ਼ਤੇਦਾਰੀਆਂ 'ਚ ਘੁੰਮ ਆਵਾਂਗੇ। ਚੱਲ ਆ ਤਾਂ ਬਾਲੀ। ਆਪਣੀ ਤਾਂ ਸਰਕਾਰੀ ਜੋਬ, ਆਪਾਂ ਨੂੰ ਕੀ ਟੈਨਸ਼ਨ ਹੈ? ਸੱਚੀ ਗੱਲ ਹੈ। ਹੈ? ਤੈਨੂੰ ਤਾਂ ਸਰਕਾਰੀ ਨੌਕਰੀ ਮਹੀਨੇ ਪਈ ਜਾਣੀ ਆ। ਪਈ ਜਾਣੀ, ਮਿਹਨਤ ਕਰਕੇ ਲੱਗਿਆ ਮੈਂ, ਪਹਿਲਾਂ ਮਿਹਨਤ ਕਰੀ ਹੈ। ਵੇ ਜੇ ਤੈਨੂੰ ਸਰਕਾਰੀ ਪੈਸਾ ਆਉਂਦਾ ਨਾ, ਤਾਂ ਹੀ ਤਾਂ ਤੇਰੀਆਂ ਗੱਲਾਂ ਨੇ ਗੀਆਂ, ਐਡੀਆਂ ਐਡੀਆਂ ਗੱਲਾਂ ਮਾਰਦਾ ਤੂੰ ਉੱਚੀਆਂ। ਤੂੰ ਐਂ ਦੱਸ, ਬੱਚੀ ਨੂੰ ਅੱਗੇ ਕੀ ਕਰਾਉਣਾ? ਦੇਖਦੇ ਹਜੇ ਅੱਗੇ ਕੀ ਬਣਦਾ ਹੈ। 2 ਮਹੀਨੇ ਤਾਂ ਉਹਨੂੰ ਸਕੂਲ ਜਾਂਦੀ ਨੂੰ ਹੋਏ ਨੇ, ਜਵਾਕ ਨੂੰ ਹਾਲੇ ਤਾਂ ਸਕੂਲ ਦੀ ਭੇਤ ਨਹੀਂ ਆਉਂਦਾ, ਉੱਧਰ ਉੱਧਰ 2 ਮਹੀਨੇ ਤਾਂ। ਮੇਰੇ ਘਰੇ ਅੱਜ ਮਾਸੜ ਨੇ ਆਉਣਾ ਤੇ ਉਹ ਮੇਰੀ ਸਾਗ ਦੀ ਗੱਲ ਚੱਲੀ ਜਾਂਦੀ ਹੈ, ਹੁਣ ਤੂੰ ਹੀ ਦੱਸ ਮੈਂ ਕੀ ਕਰਾਂ? ਫਿਰ ਤੂੰ ਦੱਸਦੇ ਨਾ ਘਰੇ, ਪਹਿਲਾਂ ਦੱਸਦੇ ਵੀ ਐਂ ਕਰਕੇ ਮੇਰੇ ਮੁੰਡਾ ਪਸੰਦ ਆ। ਮੈਂ ਤਾਂ ਦੇਖ ਮੀਤ ਘਰੇ ਗੱਲ ਕਰ ਰੱਖੀ ਆ, ਬੇਬੇ ਨੂੰ ਫੋਟੋ ਦਿਖਾਤੀ ਤੀ, ਪਾਪਾ ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਜਿਵੇਂ ਤੈਨੂੰ ਠੀਕ ਲੱਗਦਾ ਕਰ ਲਾ, ਹਨਾ। ਲੈ ਤੂੰ ਤਾਂ ਕਰਤੀ ਗੱਲ, ਮੈਂ ਕਿਵੇਂ ਕਰਾਂ? ਤੈਨੂੰ ਪਤਾ ਤਾਂ ਹੈ ਕੁੜੀਆਂ ਦਾ ਕਿੰਨਾ ਔਖਾ, ਘਰੇ ਕਿਵੇਂ ਗੱਲ ਕਰੀਏ? ਘਰ ਦੇ ਤਾਂ ਤੈਨੂੰ ਪਤਾ ਕਿੰਨੇ ਸਖਤ ਹੁੰਦੇ ਨੇ,
ਤੂੰ ਤਾਂ ਅਜੀਬ ਗੱਲਾਂ ਕਰਦਾ। ਮੈਂ ਨਹੀਂ ਚੁੱਪ ਕਰਕੇ, ਹੁਣ ਤੂੰ ਘਰੇ ਗੱਲ ਕਰ ਲੈ, ਨਹੀਂ ਤਾਂ ਕੱਲ ਨੂੰ ਫਿਰ ਬੈਠਾ ਰਹੀ ਜਦੋਂ ਵਿਆਹ ਦੇਣਗੇ ਮੈਨੂੰ। ਦੇਖ ਵੀ ਤੈਂ ਥੋੜ੍ਹੀ ਗੱਲ ਹੁੰਦੀ ਹੁੰਦੀ, ਤੈਨੂੰ ਕਿਰਾਂ ਤਾਂ ਗੱਲ ਕਰਨੀ ਪਊ, ਕਿਰਾਂ ਤੂੰ ਘਰੇ ਗੱਲ ਕਰ ਆਪਦੀ ਬੀਬੀ ਨਾਲ, ਉਦੋਂ ਬਾਅਦ ਮੈਂ ਆਪੀ ਗੱਲ ਕਰ ਲੂੰਗਾ, ਕਿਸੇ ਨੂੰ ਵਿੱਚ ਪਾ ਕੇ ਵਿਚੋਲਾ ਆਪਾਂ ਕਰਾ ਲਾਂਗੇ। ਐਂ ਥੋੜ੍ਹੀ ਹੁੰਦੀ ਹੁੰਦੀ ਆ ਗੱਲ, ਨਾਲੇ ਮੀਤ ਤੂੰ ਸਾਰੀ ਗੱਲ ਘਰਦਿਆਂ ਨੂੰ ਦੱਸ ਦੀ ਵੀ ਮੁੰਡਾ ਫੈਕਟਰੀ 'ਚ ਲੱਗਿਆ ਹੋਇਆ ਹੈਗਾ, 12,000 ਮੈਨੂੰ ਮਿਲਦਾ, ਮੇਰਾ 2,000 ਵਿੱਚੋਂ ਫੰਡ ਕੱਟ ਲੈਂਦਾ, 10,000 ਹੀ ਪੱਲੇ ਪੈਂਦਾ, ਨਾਲੇ ਅੱਧਾ ਕਿੱਲਾ ਬਾਹਣਦਾ ਮੇਰੇ ਕੋਲ। ਸਾਰੀ ਗੱਲ ਦੱਸੀ ਉਹਨਾਂ ਨੂੰ, ਓਲੇ 'ਚ ਨਾ ਰੱਖੀ, ਨਾਲੇ ਹੁਣ ਤੇਰੇ ਮੈਂ ਨਾਲ ਤਾਂ ਪੜਿਆ, 12th ਤੱਕ ਤੈਨੂੰ ਪਤਾ ਖਾਂਦਾ ਪੀਂਦਾ ਤਾਂ ਮੈਂ ਹੈਨੀ ਗਾ, ਠੀਕ ਆ, ਜੇ ਕੋਈ ਟੈਸਟ ਕਰਾਉਣਾ ਉਹ ਵੀ ਕਰਾ ਲੈਣਾ, ਆਪਾਂ ਨੂੰ ਕਿਹੜਾ ਕੋਈ ਡਰ ਹੈਗਾ ਇਹ ਗੱਲ ਦਾ। ਚੱਲ ਯਾਰ ਤੂੰ ਜਾ ਆਪਦਾ ਕੰਮ ਤੇ, ਮੈਂ ਆਪੇ ਕਰ ਲੂ ਘਰੇ ਗੱਲ, ਤੂੰ ਤਾਂ ਮੇਰਾ ਮੂਡ ਖਰਾਬ ਕਰਤਾ। ਮੇਰਾ ਮੂਡ ਖਰਾਬ ਕੀ ਕਰਤਾ ਤੇਰਾ, ਮੈਂ ਗੱਲ ਕਰਨ ਨੂੰ ਨਹੀਂ ਕਹੇਗਾ, ਹੋਰ ਕੀ ਕਹਤਾ ਮੈਂ। ਹੁਣ ਤੂੰ ਮੈਨੂੰ ਫੋਨ ਨਾ ਲਾਈ, ਮੈਂ ਆਪੇ ਕਰ ਲੂ ਘਰੇ। ਮੇਰੇ ਕੋਲੇ ਹੁੰਦੀ ਨਹੀਂ ਫੋਨ, ਕਿੱਥੇ ਲਾਉਂਗਾ ਫੋਨ, ਤਾਂ ਫੈਕਟਰੀ ਵਾਲੇ ਫੜ ਲੈਂਦੇ ਨੇ। ਛੱਡ ਕੇ ਆਵਾਂ ਤੈਨੂੰ? ਜਾ ਤੂੰ ਮੀਤ, ਛੱਡ ਕੇ ਆਵਾਂ ਤੈਨੂੰ? ਨਹੀਂ ਰਹਿਣ ਦੇ ਮੇਰੀ ਬੱਸ, ਆਪੇ ਮੈਂ ਆਪੇ ਚੱਲ ਜੂ, ਮੇਰੇ ਨਾਲ ਗੁੱਸੇ ਹੋ ਜਾਂਦੀ ਹੈ। ਲੈ ਫਿਰ ਸਕੂਲ ਤੇ ਆ ਚੜ੍ਹਦੀ ਹੈ, ਤੈਨੂੰ ਕਹੀਏ ਨਾ, ਤੇਰੇ ਖਾਨੇ 'ਚ ਵੜਦੀ ਨਹੀਂ ਵੀ, ਕਾਲਜ 'ਚ ਜਾਂਦੀ ਹੈ ਕੁੜੀ, ਅਣਪੜ੍ਹਾਂ ਪੇਪਰ ਲੱਗੀਆਂ ਹੋਈਆਂ ਨੇ, ਉਹ ਤਾਂ ਮੈਂ ਮਾੜੀ ਮੋਟੀ ਸੁਧਾਰਤੀ, ਤੈਨੂੰ ਸੁਧਾਰ ਨਾਲ ਹੈ ਨਹੀਂ ਤੀ ਉਰੇ ਕੋਈ, ਤੁਸੀਂ ਦੋ ਹੀ ਬੁੱਝੜ ਹੋ ਗਏ ਉਰੇ। ਮੈਨੂੰ ਐਂ ਦੱਸ, ਪੜ੍ਹ ਲਿਖ ਲਈ ਬਹੁਤ, ਬੀ ਏ ਕਰਕੇ ਕੀ ਕਰੂਗੀ, ਇੱਥੇ ਗਵਾ ਸਿੱਟੂਗੀ ਲੋਕਾਂ ਦਾ, ਉਹਨੂੰ ਪ੍ਰਾਈਵੇਟ ਲਵਾ ਦੇਣਾ ਕਿਤੇ ਮੈਂ। ਬੇ ਨੌਕਰੀਆਂ ਕਿੱਥੇ ਧਰੀਆਂ ਪਈਆਂ ਨੇ, ਤੇਰੇ ਜਵਾਕ ਲੱਗੇ ਨਾ, ਤੈਨੂੰ ਤਾਂ ਗੱਲਾਂ ਆਉਂਦੀਆਂ। ਸਭ ਕੁਛ ਆ ਜਿਹੜਾ ਬੱਚਾ ਮਿਹਨਤ ਕਰਦਾ, ਮੈਂ ਤਾਂ ਪ੍ਰਾਈਵੇਟ ਹੀ ਕਹਿੰਦਾ ਇਹਨੂੰ ਲਵਾਉਣ ਨੂੰ, ਮੇਰੇ ਵਾਲ ਤਾਂ ਸਰਕਾਰੀ ਅਦਾਰਿਆਂ ਦੇ ਨੇ ਬੱਚੇ, ਗੁੜੀਆ ਬਾਹਰੇ ਆ ਉਰੇ ਸਰਕਾਰੀ ਅਦਾਰੇ ਦੇ ਮੁੰਡਾ ਗਾ, ਹਜੇ ਇਹਨੂੰ ਪੈਰਾਂ ਸਿਰ ਹੋ ਜਾਣਦੇ ਕੁੜੀ ਨੂੰ। ਪੈਰਾਂ ਸਿਰ ਕਰੇ ਤੂੰ ਹੋਊਗੀ, ਫਿਰ ਹੁਣ ਪੜ੍ਹਾਈ ਤਾਂ ਜਾਂਦੇ ਆ, ਹੋਰ ਦੱਸ ਕੀ ਕਰੀਏ। ਓਹੋ, ਪੜ੍ਹਾਈ ਤੇ ਆ ਚੜ੍ਹਦੀ ਹੈ, ਵਿਆਹੁਣ ਵਹੁਣ ਬਾਰੇ ਸੋਚਿਆ ਉਹਨੂੰ? ਮੈਂ ਤੈਨੂੰ ਕਹਿ ਤਾਂ ਚੁੱਕੀ, ਮੈਂ ਤਾਂ ਬਥੇਰਾ ਸੋਚਦਾ ਤੁਹਾਡੇ ਬਾਰੇ, ਨਿਗਾਹ 'ਚ ਕਰ ਰੱਖਿਆ ਮੈਂ ਮੁੰਡਾ, ਮੁੰਡਾ ਦੇਖ ਵੀ ਲਿਆ। ਆਹੋ ਦੇਖ ਲਿਆ ਮੈਂ, ਤਾਂ ਹੀ ਤਾਂ ਮੈਂ ਆਇਆ ਹਾਂ ਜਬਾਨੇ ਨਾਲ ਗੱਲ ਛਿੜ ਜੂ ਮਹਾਂ। ਆਹੋ, ਹੁਣ ਤਾਂ ਤੂੰ ਕਿੱਥੇ ਆਉਣਾ, ਕਦੇ ਗੇੜਾ ਨਹੀਂ ਮਾਰਿਆ, ਹੋਰ ਹੁਣ ਕਾਹਨੂੰ ਆ ਗਿਆ, ਮੈਨੂੰ ਪਤਾ। ਮੇਰੀ ਗੱਲ ਸੁਣ ਲੈ, ਹਾਂ, ਉਹਦਾ ਡੈਡੀ ਮੇਰੇ ਨਾਲ ਲੱਗਿਆ ਹੋਇਆ ਸੀ ਘਰ ਚੰਗਾ। ਅੱਛਾ? ਹਾਂ, ਸਰਕਾਰੀ ਅਦਾਰੇ ਤੇ ਆ ਉਹ ਵੀ ਡੈਡੀ ਉਹਦਾ। ਅੱਛਾ, ਜ਼ਮੀਨ ਜਾਇਦਾਦ ਚੰਗੇ ਉਹਨਾਂ ਦੇ, ਇਕੱਲਾ ਹੀ ਮੁੰਡਾ ਹੈਗਾ, ਪਹਿਲਾਂ ਮਾੜਾ ਮੋਟਾ ਖਾਂਦਾ ਪੀਂਦਾ ਸੀ, ਨਸ਼ਾ ਪਤਾ ਕਰਦਾ ਸੀ। ਅੱਛਾ, ਠੀਕ ਆ, ਅੱਜ ਦੀ ਘੜੀ ਉਹਦੀ ਗਰੰਟੀ ਮੈਂ ਲੈਣਾ, ਮੈਨੂੰ ਪਤਾ ਉਹਨਾਂ ਦੇ ਘਰੇ ਆਉਂਦਾ ਜਾਂਦਾ ਮੈਂ। ਮੈਂ ਤੈਨੂੰ ਇੱਕ ਗੱਲ, ਘਰ ਐਡਾ ਤਕੜਾ, 50,00,000 ਰੁਪਇਆ ਮੰਗ ਲਿਆ ਜੀ, 50 ਵੀ ਦੇਣਗੇ ਕੁੜੀ ਵਾਲੇ। ਅੱਛਾ ਜੀ, ਹਾਂ, ਫਿਰ ਤਾਂ ਰਿਸ਼ਤਾ ਹੀ ਬੜਾ ਘੈਂਟ ਭਾਰ ਰੱਖਿਆ ਤਾ। ਮੈਂ ਤੈਨੂੰ ਹੋਰ ਗੱਲ ਕਹਿਣੀ ਇੱਕ, ਵੀ ਮੈਨੂੰ ਡਰ ਲੱਗਦਾ ਵੀ ਜੇ ਦਾਰੂ ਪੀਂਦਾ ਕਿਤੇ ਜ਼ਿਆਦਾ ਨਾ ਕੱਲ ਨੂੰ ਪੀਣ ਲੱਗ ਜੇ। ਉਹ ਦਾਰੂ ਨੂੰ ਅੱਜ ਕੱਲ੍ਹ ਕੌਣ ਗਿਣਦਾ, ਅਗਲਾ ਕਹਿੰਦਾ ਕੋਈ ਮੈਡੀਕਲ ਨਸ਼ਾ ਨਾ ਕਰਦਾ ਹੋਵੇ, ਦਾਰੂ ਤਾਂ ਜਮਾ ਪੀਂਦੇ ਨੇ ਬੱਚੇ। ਚੱਲ ਕੋਈ ਨਾ, ਦੇਖ ਮੇਰੀ ਗੱਲ ਸੁਣ ਲੈ, ਬਾਕੀ ਉਹਨੂੰ ਹਟਾ ਲਾਂਗੇ ਆਪਾਂ, ਉਹਦੀ ਜ਼ਿੰਮੇਵਾਰੀ ਮੈਂ ਲੈਣਾ, ਆਪਦੇ ਸਿਰ ਤੇ ਸਾਕ ਕਰਾਉਂਗਾ ਮੈਂ। ਮੇਰੀ ਗੱਲ ਸੁਣ ਲੈ, ਕਿਤੇ ਵਿੱਚੋਂ ਨਾ ਨਿਕਲ ਜੀ ਫਿਰ। ਆਏ ਦੇਖ, ਵਿੱਚੋਂ ਨਿਕਲ ਕੇ ਜਾਊਂ ਕਿੱਥੇ ਮੈਂ? ਅਗਲਾ ਦਾਰੂ ਪੀ ਕੇ ਮੇਰੀ ਕੁੜੀ ਦੇ ਹੋਡੇ ਕੁੱਟ ਦੇ, ਕੱਲ ਨੂੰ ਤੂੰ ਦੂਜੀ ਸਾਈਡ ਤੇ ਹੋ ਖੜੇ। ਐਂ ਕਿਵੇਂ ਹੋ ਖੜੇ, ਜਵਾਨ ਵੀ ਕੋਈ ਚੀਜ਼ ਹੈ, ਮੈਂ ਕਿ ਹੋਈ ਤੁਰਾ ਫਿਰਦਾ? ਨਹੀਂ, ਐਂ ਤਾਂ ਮੈਨੂੰ ਤੇਰੇ ਤੇ ਤਾਂ ਹੀ ਕਹਿਣਾ, ਮੈਨੂੰ ਘਰੇ ਆਉਣਾ ਜਾਂਦਾ, ਕਾਹ ਨੂੰ ਘਬਰਾਉਣਾ ਤੂੰ? ਹਾਂ, ਮੈਂ ਗਰੰਟੀ ਲੈਣਾ ਉਹਨਾਂ ਦੀ। ਚੱਲ ਫਿਰ ਠੀਕ ਹੈ, ਜੇ ਤੈਨੂੰ ਗਰੰਟੀ ਹੈ ਨਾ, ਚੱਲ ਕੋਈ ਨਾ, ਰਿਸ਼ਤਾ ਆਪਣਾ ਪੱਕਾ, ਮੈਂ ਤੇਰੇ ਸਾਡੂ ਨਾਲ ਵੀ ਗੱਲਬਾਤ ਕਰ ਲੂੰਗੀ। ਤੂੰ ਉੱਥੇ ਕਰਨ ਦੀ ਕਰ, ਕੀ ਉਹਦੇ ਨਾਲ ਗੱਲ ਕਰੇਂਗੀ, ਬੁੱਝਣ ਨਾਲ ਉਹਨੂੰ ਕੀ ਪਤਾ ਗਾ ਕਿਸੇ ਦਾ? ਬੇ ਮਾੜੀ ਮੋਟੀ ਰਾਇਬਾੜੀ ਤਾਂ ਹੁੰਦੀ ਆ ਘਰ ਦੇ ਵਿੱਚ। ਮਾੜੀ ਮੋਟੀ ਰਾਇਬਾੜੀ ਕਰ ਲਈ ਜੇ ਕਰਨੀ ਆ, ਲੈ ਚੱਲ ਮੈਂ ਤੇਰੇ ਵਾਸਤੇ ਚਾਹ ਦੀ ਘੁੱਟ ਬਣਾ ਕੇ ਲਿਆਉਣੀ ਆ। ਚੰਗੀ ਗੱਲ ਦਾ ਕਹਿਣ ਦੀ ਨਹੀਂ ਤੁਹਾਨੂੰ? ਬੇ ਕੋਈ ਨਾ, ਤੇਰੇ ਆਖੇ ਲੱਗਾਂਗੇ ਅਸੀਂ ਇਹ ਜੀ ਕਿਹੜੀ ਗੱਲ ਆ। ਮੈਂ ਚਾਹ ਬਣਾ ਕੇ ਲਿਆਉਣੀ ਆ, ਕਿਤੇ ਅੰਦਰ ਵਗਦੇ ਉੱਠ ਕੇ ਵਗ ਜਾ ਅੰਦਰ। ਆ ਗੱਲ ਸੁਣੋ ਜੀ ਮਾੜੀ ਜੀ, ਚਾਹ ਜੀ ਨਹੀਂ ਪੀਂਦਾ, ਮੈਨੂੰ ਪਤਾ ਕਹੀ ਚਾਹ ਬਣਾਉਣੀ ਆ, ਡੋਕਲ ਬਣੀ ਕਰਕੇ ਧਰ ਦੇਈਏ, ਇੱਥੇ ਦੁੱਧ ਹੀ ਪਾ ਲਿਆ ਪੱਤੀ ਮਾੜੀ ਮੋਟੀ, ਜੇ ਦੁੱਧ ਪਿਆ ਗਾ, ਨਹੀਂ ਲੋੜ ਨਹੀਂ ਹੈਗੀ ਬਾਹਲੀ ਮੈਨੂੰ। ਆਹ ਖੜੀ ਆ ਗੱਡੀ, ਮਤਲਬ ਇੱਥੇ ਹੀ ਹੋਊ ਬਾਈ। ਉਹ ਹਾਂ ਬਾਈ, ਬਾਹਲੀ ਟਾਈਮ ਲਾਤਾ ਯਾਰ, ਠਰ ਗਿਆ ਉਹ ਭਰਾਵਾ ਮਤਲਬ ਬਾਈ, ਬਾਈ ਠੰਡੀ ਬਾਹਲੀ ਆ ਬਾਈ, ਕਰੀਏ ਕੀ ਹੁਣ, ਤੁਹਾਨੂੰ ਪਤਾ ਮੋਟਰਸਾਈਕਲ ਤੇ ਆਉਣਾ, ਗੱਡੀ ਗੁੱਡੀ ਦਾ ਹੈ ਨਹੀਂ ਆਪਣੇ ਕੋਲ ਐਡਾ ਜਗਾੜ ਹਜੇ, ਠੀਕ ਆ।
ਕਿਵੇਂ ਆ ਕੋਈ ਤੇਜਾ ਮਾਲ? ਮਾਲ ਤਾਂ ਇੱਕ ਨੰਬਰ ਬਾਈ, ਅੱਗੇ ਵਾਲਾ ਹੀ ਜਿਹੜਾ ਪਹਿਲਾਂ ਦਿੰਨੇ ਆ। ਬਸ ਠੀਕ ਆ। ਮਾਲ ਤਾਂ ਅੱਗੇ ਕੋਈ ਫੜਕ ਆ? ਕਾਣੂ ਕੋਈ ਲਿਹਾਜੀ ਲੈ ਗਿਆ ਮੇਤੋਂ ਵੀ, ਉਹ ਕਹਿੰਦਾ ਮੇਰਾ ਡੰਗ ਸਾਰ, ਤਾਂ ਕਰਕੇ ਤੈਨੂੰ ਕਿਹਾ ਫਿਰ। ਬਸ ਬਾਈ ਬਣ ਕੇ ਹੁਣ ਤੋਂ ਟਾਈਮ ਥੋੜਾ ਜਿਹਾ ਹੈ। ਨਾ ਨਾ ਕੋਈ ਨਾ ਕੋਈ ਨਾ, ਮੈਂ ਪਹਿਲਾਂ ਦੱਸ ਦਿਆ ਕਰੂੰ ਸਾਰੀ। ਓਏ ਮਹਾ ਮੈਂ ਪਹਿਲਾਂ ਦੱਸ ਦਿਆ ਕਰੂੰ, ਹੋਰ ਮੇਰਾ ਬਣ ਕੇ ਬੇਨਦੀ ਆ ਮਹੀਨਾ ਕ ਸਾਰੀਆਂ। ਤੁਸੀਂ ਕਹਿੰਦੇ ਟਾਈਮ ਤਾਂ ਦਿੰਨੇ ਹੋ, ਫਿਰ ਟਾਈਮ ਤਾਂ ਲੱਗਦਾ ਹੀ ਆ। ਓਏ ਕਾਹਨੂੰ ਲੱਤਾਂ ਬਾਹਾਂ ਟੁੱਟੀ ਜਾਂਦੀਆਂ ਨੇ ਸਾਲਾ, ਐ ਤਾਂ ਹੁਣ ਤਾਂ ਅਸੀਂ ਮਾਂ ਮੈਂ ਬਿੰਦ ਝੱਟ ਦੀਆਂ ਗਏ ਹਿਸਾਬ ਨਾਲ ਤਾਂ। ਯਾਰ ਤੂੰ ਐਂ ਕਰ ਮੇਰੀ ਗੱਲ ਸੁਣ, ਦੋਗੇ ਕੁਛ ਨਾ ਮੈਂ ਤੈਨੂੰ ਗੂਗਲ ਪੇ ਕਰ ਦੂੰਗਾ ਆਪੀ, ਠੀਕ ਆ? ਮੈਨੂੰ ਨੰਬਰ ਦੱਸ ਦੀ ਕਿਹੜੇ ਤੇ ਕਰਨੇ ਕਿਹੜੇ ਤੇ ਨਾ, ਠੀਕ ਆ? ਦੇ 1000 2000 ਪਤਾ ਕੀ ਯਾਰ, ਮੇਰੀ ਗੱਲ ਸੁਣ, ਮੈਂ ਗੂਗਲ ਪੇ ਕਰ ਦੂੰ ਯਾਰ, ਗੱਲ ਤਾਂ ਸੁਣ ਲਿਆ ਕਰ। ਜਦੋਂ ਮਾਰ ਲੈਣਾ ਗੂਗਲ ਪੇ ਨਹੀਂ ਚਲਾਉਂਦਾ, ਕੋਈ ਨਾ ਮੈਂ ਫਿਰ ਨਹੀਂ ਹੱਥ ਨੇ ਘਰੋਂ ਲੈ ਜੀ ਫੜ ਕੇ, ਕੋਈ ਨਾ ਜਦੋਂ ਲਾਣੇ ਦਾ ਰੋਣਾ ਭਰਾ ਗਿਆ ਹੋਇਆ ਮੈਂ ਤੈਨੂੰ ਫੋਨ ਕਰ ਦੂੰ, ਠੀਕ ਆ? ਠੀਕ ਆ ਬਾਈ, ਠੀਕ ਆ, ਚੰਗਾ, ਠੀਕ ਆ ਬਸ। ਨਾਲੇ ਉਹ ਇਹ ਤੇ ਤੁਸੀਂ ਟੁੱਟੇ ਹੋਏ ਸੰਦਾਂ ਦੇ ਮਾਲ ਦੇਣ ਆ ਜਾਣੇ ਹੋਗੇ, ਹੈਂ? ਪੁੱਛ ਨਾ ਬਾ, ਇਹ ਬਣਦਾ ਹੀ ਨਹੀਂ ਭਰਾਵਾ ਕਿਸੇ ਪਾਸੇ। ਚੱਲ ਠੀਕ ਆ। ਅੱਛਾ ਸ਼ਮਸ਼ੇਰ ਆਇਆ ਤੀ ਅੱਜ? ਹਾਂ। ਅੱਜ ਕਿਵੇਂ ਆ ਗਿਆ ਉਹ ਭੁੱਲਿਆ ਭਟਕੇ ਆਪਣੇ ਗਰੀਬਾਂ ਦੇ, ਤੁਹਾਨੂੰ ਹੀ ਨਹੀਂ ਆਉਂਦਾ ਉਹਦੇ? ਤੈਨੂੰ ਪਤਾ ਹੈ ਆਇਆ ਤਾਂ ਕੰਮ ਧੰਦੇ ਹੁੰਦੇ ਆ ਅਗਲਾ। ਅੱਛਾ, ਇਹ ਜਿਹੜਾ ਕੰਮ ਹੋ ਗਿਆ ਉਹਨੂੰ? ਆਪਣੀ ਕੁੜੀ ਦੇ ਰਿਸ਼ਤੇ ਵਾਸਤੇ ਆਇਆ ਸੀ। ਅੱਛਾ। ਹਾਂ, ਰਿਸ਼ਤਾ ਵਧੀਆ ਹੈਗਾ, ਤਕੜਾ ਬਥੇਰਾ ਹੈਗਾ, ਤੇ ਮੁੰਡੇ ਦਾ ਪਿਓ ਸ਼ਮਸ਼ੇਰ ਨਾਲ ਡਿਊਟੀ ਕਰਦਾ। ਅੱਛਾ, ਮੁਲਾਜ਼ਮ ਨੇ? ਹਾਂ। ਫੇਰ ਨਹੀਂ ਆਪਣੀ ਉੱਥੇ ਲੋਟ ਆਉਣਾ? ਉਹ ਨਹੀਂ ਨਹੀਂ, ਮੇਰੀ ਗੱਲ ਤਾਂ ਸੁਣ, ਮੰਗ ਹੀ ਨਹੀਂ ਪੂਰੀ ਹੋਣੀ ਆਪਾਂ ਤੋਂ। ਮੇਰੀ ਗੱਲ ਤਾਂ ਸੁਣ ਲੈ ਪੂਰੀ ਤੂੰ, ਉਹਨਾਂ ਦੀ ਮੰਗ ਤਾਂ ਬਥੇਰੀ ਸੀ, ਪਰ ਥੋੜਾ ਜਿਹਾ ਮੁੰਡੇ ਨੂੰ ਦਾਗ ਲੱਗਿਆ ਹੋਇਆ। ਦਾਗ ਕਾਹਦਾ? ਛੱਡਿਆ ਹੋਇਆ ਪਹਿਲਾਂ? ਛੱਡਿਆ ਨਹੀਂ, ਨਸ਼ੇ ਪੱਤੇ ਕਰਦਾ ਸੀ, ਪਰ ਹੁਣ ਮੁੰਡਾ ਸੁਧਰ ਗਿਆ। ਨਹੀਂ, ਹੁਣ ਸ਼ਮਸ਼ੇਰ ਜ਼ਿੰਮੇਵਾਰੀ ਲੈਂਦਾ ਇਸ ਗੱਲ ਦੀ ਵੀ ਛੱਡਤਾ ਉਹਨੇ ਨਸ਼ੇ? ਸਾਰੀ ਜ਼ਿੰਮੇਵਾਰੀ ਆ ਸ਼ਮਸ਼ੇਰ ਦੀ। ਮੇਰੀ ਗੱਲ ਸੁਣ ਲੈ, ਕੋਈ ਉਹਨਾਂ ਦੀ ਮੰਗ ਨਹੀਂ, ਹੁਣ ਤਾਂ ਬਸ ਉਹ ਐਂ ਕਹਿੰਦੇ ਨੇ ਵੀ ਸਾਡੇ ਮੁੰਡੇ ਨੂੰ ਰਿਸ਼ਤਾ ਕਰਵਾ ਦਿਓ। ਕੁੜੀ ਸੋਹਣੀ ਹੋਵੇ, ਕੁੜੀ ਘਰ ਦਾ ਸਾਰਾ ਕੰਮ ਧੰਦਾ ਕਰਦੀ ਹੋਵੇ, ਤੇ ਸਾਡੀ ਕੋਈ ਮੰਗ ਨਹੀਂ। ਉੱਥੇ ਸ਼ਮਸ਼ੇਰ ਨੇ ਆਪਣੀ ਗੱਲ ਛੇੜ ਲਈ। ਆਹੋ, ਵੀ ਚੱਲ ਹੁਣ ਆਪਣਾ ਦੇਖ ਮੰਗ, ਨਾਲੇ ਤਾਂ ਆਪਣਾ ਘਰ ਬਚ ਜੂ, ਕੁਛ ਦੇਣ ਨੂੰ ਲੈਣ ਨੂੰ ਆਪਾਂ ਕੁੜੀ ਤੋਰ ਦਾਂਗੇ, ਨਾਲੇ ਕੁੜੀ ਆਪਣੀ ਸਰਦਾਰੀ ਕਰੂਗੀ ਉੱਥੇ। ਕੋਈ ਨਾ, ਜਾ ਆਵਾਂਗੇ। ਬੀਬੀ ਤੈਨੂੰ ਮੈਂ ਇੱਕ ਗੱਲ ਦੱਸਾਂ, ਤੁਸੀਂ ਸਿਆਣੇ ਮੈਂ ਬੋਲਦਾ ਚੰਗਾ ਨਹੀਂ ਲੱਗਦਾ। ਤੁਸੀਂ ਆਹ ਸਰਦਾਰੀ ਨਾ ਦੇਖੋ ਵੀ ਹਾਂ ਆਪਣੀ ਕੁੜੀ ਰਾਜ ਕਰੂਗੀ। ਬਾਈ ਜੇ ਨਸ਼ੇ ਮੁੰਡਾ ਪਹਿਲਾਂ ਕਰਦਾ ਸੀ ਤਾਂ ਹੁਣ ਵੀ ਕਰਦਾ ਹੋਊਗਾ, ਠੀਕ ਆ? ਇਹ ਨਸ਼ੇ ਕੋਈ ਛੱਡ ਨਹੀਂ ਸਕਦਾ ਹੁੰਦਾ, ਇਹ ਗੱਲਾਂ ਉਹੀ ਕਹਿਣ 'ਚ ਹੀ ਆ ਜਾਂਦੀ ਹੁੰਦੀ ਆ ਵੀ ਹਾਂ ਨਸ਼ੇ ਪਹਿਲਾਂ ਕਰਦਾ ਸੀ। ਸਰਦਾਰੀਆਂ ਦਵਾਤੀਆਂ ਮੈਨੂੰ, ਬਹੁਤ ਦਵਾਤੀਆਂ ਤਾਂ ਸਰ। ਓ ਯਾਰ ਗੱਲ ਤਾਂ ਬਾਬੇ ਨਸ਼ੇ ਦੀ, ਮੈਂ ਕਿੰਨੇ ਕ ਨਸ਼ੇ ਕਰਦਾ ਵੀ ਤੁਹਾਨੂੰ ਐਂ ਦੱਸਾਂ। ਬਈ ਜੋ ਤੇਰਾ ਮਾਸੜ ਜ਼ਿੰਮੇਵਾਰੀ ਲਈ ਜਾਂਦਾ ਹੈਗਾ, ਉਹ ਹੁਣ ਕੰਮਲਾ ਹੈਗਾ। ਜੇ ਵਿੱਚ ਵਿਚਾਲੇ ਮਾਸੜਾ ਫਿਰ ਤਾਂ ਜਮੀ ਹੋ ਗਿਆ ਕੰਮ, ਜਮੀ ਪਾ ਮਾੜਾ ਕਿਸੇ ਪਾਸੋਂ ਪਾ ਲੈ ਦੇਖ ਲੈ। ਹੁਣ ਤੇਰਾ ਮਾਸੜੀ ਵਾਲੇ ਉਹਦਾ ਮੁਲਾਜ਼ਮ ਐ, ਜਵਾਬ ਉਹਦੇ ਮੁਲਾਜ਼ਮ ਨੇ, ਉਹਨੇ ਕੀ ਗਵਾਤਾ ਕੁਛ? ਉਹ ਗਵਾਇਆ ਤਾਂ ਨਹੀਂ, ਕੀ ਪਤਾ ਮੂਰਲਾ ਕਹਿ ਜਾ ਹੋਗਾ। ਮੇਰੀ ਗੱਲ ਸੁਣਾ, ਇੰਨੇ ਗਰੀਬ ਘਰੇ ਕਿਉਂ ਕਰੂਗਾ ਵੀ ਅਗਲਾ? ਥੱਪੜ ਨਾ ਖਾ ਲੀ, ਚੁੱਪ ਕਰ ਜਾ ਤੂੰ, ਨਿਚਲਾ ਬਹਿ ਜਾ, ਉਹੀ ਜਵਾਕਾਂ ਵਾਲੀਆਂ ਗੱਲਾਂ ਇਹਦੀਆਂ। ਹੁਣ ਤੋਂ ਨਿਕਲ ਜਾ ਕਰ ਤੂੰ, ਦੇਖ ਲੈ ਗਾਹਾਂ ਵੇਲੇ ਕੰਮ ਆਉਣਗੇ ਤੇਰੇ, ਮੈਂ ਤੈਨੂੰ ਦੱਸਾਂ। ਮੈਂ ਤਾਂ ਬੋਲਦੀ ਨਹੀਂ ਯਾਰ, ਬੋਲ ਕੇ ਕੀ ਕਰ ਲੇਗਾ ਹੁਣ? ਸਾਰੀ ਉਮਰ ਤਾਂ ਮੁੰਡਾ ਨਸ਼ਾ ਕਰੂਗਾ, ਹੁਣ ਅੱਗੇ ਨੂੰ ਤਾਂ ਸੁਧਰ ਗਿਆ ਮੁੰਡਾ ਉਹ। ਪਰ ਹੁਣ ਰਾਤ ਨੂੰ ਨਾ ਗਾਹ ਪਾਓ, ਤੜਕੇ ਕਰਦੇ ਆ ਗੱਲ ਟਿਕਿਆਈ ਨਾਲ। ਮੈਂ ਆਪ ਗੱਲ ਕਰੂ, ਕਰ ਲਈ ਤੂੰ ਗੱਲ, ਤੂੰ ਕੁੜੀ ਨਾਲ ਕਰ ਗੱਲ। ਕੋਈ ਨਾ ਕੁੜੀ ਨਾਲ ਮੈਂ ਗੱਲ ਕਰ ਲੈਣੀ ਆ, ਇਹ ਵਿੱਚ ਵਿਚਾਲੇ ਐਵੇਂ ਬਾੜ ਚ ਬੁਈਆ ਤੜਾਉਂਦਾ ਗਾ। ਅਸੀਂ 5 ਕਰੀਏ 50 ਕਰੀਏ, ਤੂੰ ਨਿਕਲ ਮੋਬਾਈਲ ਚੋਂ ਨਿਕਲ ਜਾ ਕਰ ਕਿਸੇ ਟਾਈਮ। ਅੱਜ ਰੋਟੀ ਨਹੀਂ ਲੈ ਕੇ ਆਇਆ, ਦੇਖ ਲਾ ਖੇਤ ਚੰਬਲਿਆ ਹੋਇਆ, ਘੂਰਿਆ ਨਹੀਂ ਪਹਿਲੇ ਦਿਨ ਤੋਂ ਚਮਲਾ ਰੱਖਿਆ। ਲੈ ਦੇਖ ਲਾ, ਸਾਰਾ ਦਿਨ ਆ ਫੋਨ ਵੀ ਧਰਦਿਆ ਕਰ ਪੁੱਤ, ਕਿਸੇ ਟਾਈਮ ਨਿਗਾਹ ਘੱਟ ਜੂਗੀ ਤੇਰੀ। ਉਹ ਮੰਮੀ ਮੈਂ ਤਾਂ ਐਂ ਸੂਟ ਸਾਟ ਦੇਖਦੀ ਸੀ ਫੋਨ 'ਤੇ।
ਨਾਲੇ ਮੈਂ ਤੇਰੇ ਨਾਲ ਧੀ ਇੱਕ ਗੱਲ ਕਰਨੀ ਹੈ। ਕੀ ਮੰਮੀ? ਤੇਰਾ ਮਾਸੜ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਇਆ ਸੀ ਕੱਲ੍ਹ, ਅਤੇ ਬਹੁਤ ਵਧੀਆ। ਤੁਹਾਨੂੰ ਪਤਾ ਤਾਂ ਹੈ ਜੀ ਮੈਂ ਪੜ੍ਹੀ ਜਾਂਦੀ ਹਾਂ, ਮੈਂ ਨਹੀਂ ਕਰਾਉਣਾ ਵਿਆਹ ਹਜੇ। ਉਹ ਨਹੀਂ ਧੀਏ, ਇੱਕ ਨਾ ਇੱਕ ਦਿਨ ਤਾਂ ਤੈਨੂੰ ਵਿਆਹ ਕੇ ਤੋਰਨਾ ਹੀ ਪਊਗਾ, ਨਾਲੇ ਬਾਲੀਆਂ ਪੜ੍ਹਾਈਆਂ 'ਚ ਕੀ ਧਰਿਆ ਪੁੱਤ, ਟਾਈਮ ਵਾਲਾ ਆਪਦੇ ਘਰੇ ਵਗ ਜਾਏਗੀ, ਅਤੇ ਰਿਸ਼ਤਾ ਵੀ ਬਹੁਤ ਵਧੀਆ, ਗੱਡੀਆਂ ਕਾਰਾਂ 'ਚ ਘੁੰਮੂਗੀ ਮੇਰੀ ਧੀ, ਜ਼ਮੀਨ ਜਾਇਦਾਦ ਅਗਲੇ ਕੋਲ ਖੁੱਲ੍ਹੀ ਆ। ਮੰਮ ਮੈਂ ਨਾ ਇੱਕ ਗੱਲ ਕਰਨੀ ਹੈ ਤੁਹਾਡੇ ਨਾਲ, ਮੈਨੂੰ ਨਾ ਇੱਕ ਮੁੰਡਾ ਪਸੰਦ ਹੈ, ਅਸੀਂ ਦੋਵੇਂ ਸਕੂਲ ਤੋਂ ਇਕੱਠੇ ਪੜ੍ਹਦੇ ਆ ਰਹੇ ਹਾਂ, ਅਤੇ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ, ਅਤੇ ਮੈਂ ਵਿਆਹ ਕਰਾਉਣਾ ਉਹਦੇ ਨਾਲ, ਅਤੇ ਹੁਣ ਤਾਂ ਉਹ ਕੰਮ ਵੀ ਲੱਗ ਗਿਆ, ਫੈਕਟਰੀ ਦਾ ਕੰਮ ਕਰਦਾ, ਨਾਲੇ 8-10 ਹਜ਼ਾਰ ਰੁਪਇਆ ਵੀ ਕਮਾਉਂਦਾ, ਅਸੀਂ ਖੁਸ਼ ਰਹਾਂਗੇ, ਨਾ ਕੋਈ ਨਸ਼ਾ ਪੱਤਾ ਕਰਦਾ। ਹੈ ਨਹੀਂ ਤੂੰ ਮਰ ਜਾਏ, ਮੈਨੂੰ ਪਤਾ ਨਹੀਂ ਸੀ ਤੇਰਾ ਵੀ ਤੂੰ ਸਾਡੇ ਝੱਟ 'ਚ ਖੇ ਪਾਵੇਂਗੀ ਖੇ, ਮੈਨੂੰ ਪਤਾ ਹੁੰਦਾ ਨਾ ਮੈਂ ਤੇਰੇ ਜਾਂਦੀ ਦੇ ਗਲ ਗੁੱਠਾ ਦੇ ਦਾਂਗੀ, ਸਾਨੂੰ ਆਹ ਦਿਨ ਨਹੀਂ ਸੀ ਦੇਖਣੇ ਪੈਂਦੇ, ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਤੈਨੂੰ ਜਾਨੋ ਮਾਰ ਦੋ ਜਾਨੋ। ਲੈ ਮੰਮੀ ਇਹ 'ਚ ਕੀ ਦਿੱਕਤ ਵਾਲੀ ਗੱਲ ਹੈ, ਅਸੀਂ ਖੁਸ਼ ਰਹਾਂਗੇ। ਨਹੀਂ ਉਹਦੇ ਲਈ ਮੈਂ ਕੀ ਹੋਊ ਮਲਾਂਗੜੇ ਕੋਲੇ, ਮਾੜੀ ਮੋਟੀ ਸੰਗ ਸ਼ਰਮ ਮੰਨ, ਅਸੀਂ ਪਿੰਡ ਵਿੱਚ ਕੀ ਨੱਕ ਦਿਖਾਵਾਂਗੇ ਲੋਕਾਂ ਨੂੰ ਵੀ ਇਹਦੀ ਧੀ ਨੇ ਏਡਾ ਵੱਡਾ ਕਾਰਾ ਕਰਤਾ, ਨਹੀਂ ਤੈਨੂੰ ਖਾਨਦਾਨ ਘਰੇ ਵਿਆਹ ਕੇ ਤੋਰਦੇ ਸੀ, ਐਸ਼ ਕਰਦੀ ਸਾਰੀ ਜ਼ਿੰਦਗੀ ਗੱਡੀਆਂ ਦੇ ਵਿੱਚ ਘੁੰਮਦੀ ਤੂੰ ਬੇਸ਼ਰਮੇ, ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਨਾਲੇ ਤੇਰੇ ਭਾਈ ਨੂੰ, ਨਹੀਂ ਤੈਨੂੰ ਜਿਉਂਦੀ ਨੂੰ ਧਰਤੀ 'ਚ ਕੱਟ ਦੇਣਗੇ। ਜ਼ਮੀਨ ਤਾਂ ਉਹਦੇ ਕੋਲੇ ਵੀ ਆਉਂਦੀ ਹੈ। ਨਹੀਂ ਕੀ ਜ਼ਮੀਨ ਆਉਂਦੀ ਹੈ, ਮਾਰਾਂ ਬੋਲ ਤੇਰੇ ਪਿਓ ਨੂੰ ਆਇਆ ਮਾੜਾ ਜਾ। ਨਾ ਮੰਮੀ ਐ ਨਾ ਕਰ, ਮੇਰੀ ਗੱਲ ਸੁਣ ਲੈ, ਨਹੀਂ ਫਿਰ ਇੱਕ ਗੱਲ ਤੇ ਬੱਜ ਜਾ, ਜਿੱਥੇ ਤੈਨੂੰ ਅਸੀਂ ਵਿਆਹ ਕੇ ਤੋਰਾਂਗੇ ਨਾ ਉੱਥੇ ਜਾਣਾ ਪਊਗਾ ਤੈਨੂੰ, ਭੁੱਲ ਜਾ ਉਸ ਮੁੰਡੇ ਨੂੰ, ਠੀਕ ਹੈ? ਠੀਕ ਹੈ ਮੰਮੀ। ਕਿੱਥੇ ਬੇਦ ਲੱਗ ਗਈ ਇਹ, ਤੇਰਾ ਮੈਨੂੰ ਆਏ ਨਹੀਂ ਸੀ ਪਤਾ ਵੀ ਤੂੰ ਪੜ੍ਹਨ ਇਸੇ ਕਰਕੇ ਜਾਂਦੀ ਹੈ, ਵੀ ਉਹ ਮੁੰਡੇ ਨਾਲ ਗੱਲਾਂ ਬਾਤਾਂ ਚੱਲਦੀਆਂ ਨੇ ਤੇਰੀਆਂ, ਨਾਲੇ ਮੈਨੂੰ ਇਹ ਗੱਲ ਦੱਸ ਉਹ ਮੁੰਡਾ ਕਿਹਦਾ ਹੈਗਾ, ਮੈਨੂੰ ਉਹ ਤਾਂ ਪਤਾ, ਦੱਸ ਉਹਦਾ ਕੰਦਰ ਦੇ ਮੈਂ ਪੱਟਾਂ ਬੋਧੀਆਂ ਜਾ ਕੇ। ਨਾ ਮੰਮੀ ਮੈਂ ਆਪੇ ਕਹਿ ਦੂੰ ਉਹਨੂੰ। ਨਹੀਂ ਮੈਨੂੰ ਜਾਣ ਦੇ ਉਹਨਾਂ ਦੇ ਘਰੇ, ਨਾਲੇ ਉਹਦੇ ਮਾਂ ਬਾਪ ਨੂੰ ਵੀ ਸੇਕ ਲੱਗੇ। ਨਾ ਮੰਮੀ ਇਹ ਗੱਲ ਨਾ ਕਰੀ, ਮੈਂ ਆਪੇ ਕਹਿ ਦੂੰਗੀ ਉਹਨੂੰ ਜਾ ਕੇ। ਆਹ ਗੱਲ ਤਾਂ ਪੱਕੀ ਆ ਨਾ, ਜਿੱਥੇ ਤੈਨੂੰ ਅਸੀਂ ਵਿਆਹ ਕੇ ਤੋਰਾਂਗੇ ਜਾਵੇਂਗੇ ਉੱਥੇ ਜਾਵਾਂਗੀ, ਦੇਖੀ ਕਿਤੇ ਤੇਰੇ ਪਿਓ ਦੀ ਪੱਗ ਨੂੰ ਦਾਗਲਾ ਲਾ ਦੀ। ਨਾ ਮੰਮੀ। ਕਹਿੰਦੇ ਹੁੰਦੇ ਨੇ ਧੀ ਹੋਵੇ ਤਾਂ ਚੱਜ ਦੀ ਹੋਵੇ, ਆਈਆਂ ਜਾਂਦੀਆਂ ਨਾ ਤਾਂ ਐਵੇਂ ਝੱਗੇ ਜਿਹੜੀਆਂ ਮਾਂ ਬਾਪ ਦੇ ਝੱਟ 'ਚ ਖੇ ਪਾ ਦੇਣ, ਇਹ ਜੀ ਕਰਤੂਤ ਦੀ ਮਾਲਕਣੀ ਆ ਨਾ ਅੰਦਰ ਹੀ ਬੈਠੀ ਰਹਿ, ਕਰਦੀਆਂ ਤੈਨੂੰ ਅੰਦਰੋਂ ਬੰਦ, ਨਾ ਤੂੰ ਅੱਜ ਤਾਂ ਮੁੜ ਕੇ ਸਕੂਲ ਦਾ ਕਾਲਜ ਦਾ ਮੂੰਹ ਨਹੀਂ ਦੇਖੇਂਗੀ, ਮੈਂ ਤੇਰੇ ਪਿਓ ਨਾਲ ਗੱਲ ਕਰਦੀ ਹਾਂ, ਵੜਦਿਆਂ ਤੇਰਾ ਜੂੜ।